ਪਹਿਲਾਂ ਤਾਂ ਗਊਆਂ ਨੂੰ ਚਿੱਟੀ ਗਊ ਦੇ ਉੱਪਰ ਪੈਰ ਐ ਲਾਏ ਹੋਏ, ਜਦ ਗਊ ਨੇ ਰਾਤ ਪਾਇਆ ਮੈਂ ਉੱਥੇ ਪਾਣੀ ਪੀ ਗਿਆ ਕੰਪ ਤੋਂ, ਉੱਥੇ ਕੋਈ ਇੰਗਲੈਂਡ ਸਿੱਟਤਾ ਮੈਂ ਭੱਜ ਲਿਆ ਮੈਂ ਦੋ ਚੀਜ਼ ਪਏ ਸੀ ਉਹ ਚਿੜੀ ਦੇ ਵਿੱਚ ਬੜੇ ਹੋਏ ਆ। ਤੇ ਮੈਂ ਖਾਣਾ ਖਾ ਕੇ ਹਟਿਆ ਸੀ ਪੌਣਾ ਇੱਕ ਕੁ ਦਾ ਟਾਈਮ ਸੀ, ਅਤੇ ਉਸ ਤੋਂ ਬਾਅਦ ਮਹਾਰਾਜ ਜੀ ਦੇਖਿਆ ਤਾਂ ਮੇਰੇ ਜਾਨਵਰ ਬਹੁਤ ਬੋਲ ਰਹੇ ਸਨ। ਮੈਂ ਦੇਖਿਆ ਬਾਹਰ ਨਿਕਲ ਕੇ ਅਤੇ ਤੇਂਦੂਏ ਚੀਤੇ ਵਗੈਰਾ ਜਾਨਵਰਾਂ 'ਤੇ ਅਟੈਕ ਕਰਿਆ ਉਹਨਾਂ ਨੇ, ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਤਾਂ ਮੈਨੂੰ ਕੁਛ ਨਹੀਂ ਸੁੱਝਿਆ, ਨਾ ਮੈਨੂੰ ਕੁਛ ਲੱਭਿਆ ਨਹੀਂ। ਮੈਂ ਉਹਨੂੰ ਅੱਗ ਬਾਲ ਕੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰੀ, ਅਰੇ ਆਪਣੇ ਜਾਨਵਰਾਂ ਨੂੰ ਖੋਲ੍ਹ ਕੇ ਭਜਾ ਦਿੱਤਾ ਗਿਆ ਜੀ। ਅਤੇ ਕਿੰਨੇ ਜਾਨਵਰ ਸੀ ਜੀ? ਦੋ ਜਾਨਵਰ ਸਨ ਜੀ। ਠੀਕ ਹੈ ਜੀ। ਅਤੇ ਫਿਰ ਤੁਸੀਂ ਦੱਸ ਰਹੇ ਕੁਛ ਹੋਰ, ਬੱਕਰੀ ਦਾ ਕੀ ਸੀ? ਉਹਨਾਂ ਨੇ ਗਾਵਾਂ ਤਾਂ ਮੈਂ ਭਜਾ ਦਿੱਤੀਆਂ ਗਈਆਂ, ਅੱਗੇ ਸੀ ਬੱਕਰੀਆਂ ਖੜੀਆਂ ਸਨ ਜੀ ਮੇਰੀਆਂ, ਉਹਨਾਂ ਨੇ ਬੱਕਰੀਆਂ 'ਤੇ ਅਟੈਕ ਕੀਤਾ ਗਿਆ ਜੀ। ਉਹਨੇ ਬੱਕਰੀਆਂ 'ਤੇ ਅਟੈਕ ਕੀਤਾ ਜੀ। ਅਤੇ ਫਿਰ ਤੁਸੀਂ ਉੱਚ ਅਧਿਕਾਰੀਆਂ ਨੂੰ ਇਹਦੇ ਬਾਰੇ ਦੱਸਿਆ ਜੀ? ਹਾਂਜੀ, ਫਿਰ ਮੈਂ ਬਾਈ ਜੀ ਫੋਨ ਕਰਕੇ ਬੁਲਾਇਆ ਇਹਨਾਂ ਨੂੰ, ਫਿਰ ਸਾਰੇ ਪਬਲਿਕ ਆਈ, ਫਿਰ ਅਸੀਂ ਕੋਸ਼ਿਸ਼ ਕਰੀ ਬਹੁਤ ਲੱਭੇ ਬਥੇਰੇ ਇਹਨਾਂ ਨੂੰ। ਅਤੇ ਤੁਸੀਂ ਆਪਣੀ ਅੱਖਾਂ ਨਾਲ ਲਾਈਵ ਦੇਖਿਆ ਉਹਨਾਂ ਨੂੰ ਅਟੈਕ ਕਰਦੇ ਹਾਂ? ਜੀ ਹਾਂ। ਸਾਨੂੰ ਘੰਟਾ ਡੇਢ ਘੰਟਾ ਪਹਿਲਾਂ ਇੱਥੇ ਲੈਪਰਡ ਦੀ ਨਿਊਜ਼ ਮਿਲੀ ਸੀਗੀ ਕਿ ਇੱਥੇ ਰਾਮ ਮੰਦਿਰ ਦੇ ਕੋਲ ਬਸੀ ਪਠਾਣਾ ਇੱਥੇ ਲੈਪਰਡ ਦੀ ਕੰਪਲੇਂਟ ਸੀਗੀ। ਅਸੀਂ ਆਪਣੇ ਸਟਾਫ ਦੇ ਨਾਲ ਸਾਰੇ ਇੱਥੇ ਹਾਜ਼ਰ ਹੋ ਗਏ, ਅਤੇ ਜਦੋਂ ਅਸੀਂ ਇੱਥੇ ਆ ਕੇ ਖਾਣ ਪੀਣ ਕਰੀ ਆ ਸਾਰੇ ਆ ਚਰੀ ਦੇ ਆਲੇ ਦੁਆਲੇ ਘੁੰਮੇ ਹਾਂ, ਤਾਂ ਸਾਨੂੰ ਇੱਥੇ ਮੌਕੇ 'ਤੇ ਤਾਂ ਕੋਈ ਲੈਪਰਡ ਜਾਂ ਕੋਈ ਹੋਰ ਜੰਗਲੀ ਜਾਨਵਰ ਕੋਈ ਵੀ ਨਹੀਂ ਮਿਲਿਆ। ਅਤੇ ਫਿਲਹਾਲ ਅਸੀਂ ਹਾਲ ਦੀ ਘੜੀ ਇੱਥੇ ਪਿੰਜਰਾ ਲਗਾ ਦਿੱਤਾ ਹੈ, ਅਤੇ ਜੇ ਇੱਥੇ ਲੈਪਰਡ ਹੋਇਆ ਤਾਂ ਪਿੰਜਰੇ ਦੇ ਵਿੱਚ ਆ ਜਾਏਗਾ। ਬਾਕੀ ਇੱਥੇ ਇੱਕ ਬੱਕਰੀ ਦਾ ਕਹਿ ਰਿਹਾ ਕੋਈ ਨੁਕਸਾਨ ਹੋਇਆ ਹੈ, ਉਹ ਅਸੀਂ ਦੇਖੀ ਹੈ, ਉਹਦੇ ਨੌਂ ਦੇ ਨਿਸ਼ਾਨ ਹੈਗੇ ਆ ਵੱਜੇ ਹੋਏ, ਪਰ ਉਹ ਕਲੀਅਰ ਨਹੀਂ ਹੋ ਪਾ ਰਿਹਾ ਕਿ ਉਹ ਨੌਂ ਮਤਲਬ ਲੈਪਰਡ ਨੇ ਮਾਰੇ ਹੋਏ ਆ ਜਾਂ ਕੋਈ ਕੁੱਤਾ ਜਾਂ ਕਿਸੇ ਜੰਗਲੀ ਜਾਨਵਰ ਦੇ ਆ। ਬਾਕੀ ਅਸੀਂ ਆਲੇ ਦੁਆਲੇ ਸਾਰੇ ਏਰੀਏ ਦੇ ਵਿੱਚ ਗਸ਼ਤ ਸਾਡੀ ਜਾਰੀ ਹੈ, ਅਤੇ ਘਬਰਾਉਣ ਦੀ ਲੋੜ ਨਹੀਂ। ਅਤੇ ਸ਼ਹਿਰ ਵਾਸੀਆਂ ਨੂੰ ਮੈਮ ਡਰ ਦਾ ਮਾਹੌਲ ਬਣਿਆ, ਕੀ ਅਪੀਲ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ, ਸਾਡੀ ਜੰਗਲਾਤ ਵਾਲੀਆਂ ਦੀ ਮਤਲਬ ਸਾਰੇ ਸਟਾਫ ਦੀ ਛਾਣਬੀਣ ਅਸੀਂ ਕਰ ਰਹੇ ਹਾਂ ਪੂਰੀ ਪ੍ਰੋਪਰ, ਅਤੇ ਗਸ਼ਤ ਸਾਡੀ ਚੱਲ ਰਹੀ ਆ, 24 ਘੰਟੇ ਗਸ਼ਤ ਚੱਲ ਜਾਰੀ ਰਹਿੰਦੀ ਹੈ, ਰਾਤ ਨੂੰ ਵੀ ਹੋ ਰਹੀ ਹੈ ਦਿਨ 'ਚ ਵੀ ਹੋ ਰਹੀ ਹੈ, ਅਤੇ ਪਿੰਜਰਾ ਅਸੀਂ ਜ਼ਰੂਰ ਇੱਥੇ ਲਗਾ ਦਿੱਤਾ ਹੋਇਆ ਹੈ। ਬਸ ਠੀਕ, ਥੈਂਕ ਯੂ। ਕਿਸ ਤਰ੍ਹਾਂ ਦੀ ਲੱਗ ਰਹੀ ਹੈ ਗੱਲਬਾਤ? ਹਾਂਜੀ, ਇੱਥੇ ਜਿਹੜੇ ਇਸ ਘਰ ਦਾ ਬਛਿੰਦਾ ਹੈਗਾ ਪਸ਼ੂਆਂ ਦੀ ਦੇਖਭਾਲ ਕਰਦਾ, ਉਹਨੇ ਫੋਨ ਕੀਤਾ ਸੀ ਥਾਣੇ ਕਿ ਦੋ ਉਹਨੇ ਚੀਤਿਆਂ ਦੇ ਬੱਚੇ ਛੋਟੇ ਦੇਖੇ ਨੇ, ਅਤੇ ਅਸੀਂ ਉਸੇ ਟਾਈਮ ਮੌਕੇ 'ਤੇ SHO ਮੈਂ ਸਾਰੇ ਪੁਲਿਸ ਪਾਰਟੀ ਲੈ ਕੇ ਆ ਗਏ ਹਾਂ, ਅਤੇ ਅਸੀਂ ਕਾਫੀ ਦੇਖਿਆ, ਸਾਨੂੰ ਅਜੇ ਦਿਖੇ ਤਾਂ ਹੈ ਨਹੀਂ ਗੇ, ਬਾਕੀ ਜੰਗਲਾਤ ਡਿਪਾਰਟਮੈਂਟ ਮੌਕੇ 'ਤੇ ਬੁਲਾ ਲਿਆ, SDM ਸਾਹਿਬ ਨੂੰ ਦੱਸਤਾ, ਸੀਨੀਅਰ ਅਫਸਰਾਂ ਨੂੰ ਦੱਸਤਾ, ਅਤੇ ਬਾਕੀ ਸਰਚ ਕਰ ਰਹੇ ਹਾਂ ਜੀ। ਕੋਈ ਹੁਣ ਕੋਈ ਲੱਗਦਾ ਹੈ ਜੀ ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਕਿਸੇ 'ਤੇ ਅਟੈਕ ਕੀਤਾ ਉਹ ਚੀਤਿਆਂ ਵੱਲੋਂ ਜਾਂ ਕੋਈ ਇਹੋ ਜਿਹੀ ਕੋਈ ਨਿਸ਼ਾਨੀ ਮਿਲੀ? ਦੇਖ ਰਹੇ ਹਾਂ ਜੇ ਬੱਕਰੀ ਦਾ ਕਹਿ ਰਹੇ ਨੇ ਉਹ ਚੈੱਕ ਕਰ ਰਹੇ ਹਾਂ ਸਾਰਾ, ਅਤੇ ਪਹਿਲਾਂ ਅਸੀਂ ਆਲਾ ਦੁਆਲਾ ਰੁਕਿਆ ਹੋਇਆ ਅਤੇ ਸਰਚ ਕਰ ਰਹੇ ਹਾਂ।